ਆਪਣਾ ਨਾਮ ਦੱਸੋ। ਮੇਰਾ ਨਾਮ ਸ਼ਿਵਦੇਵ ਸਿੰਘ, ਭਾਈ ਸ਼ਿਵਦੇਵ ਸਿੰਘ, ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਰਜਿਸਟਰਡ ਭਾਰਤ, ਅਤੇ ਅਸੀਂ ਉਹਦੇ ਮੇਨ ਮੁੱਖ ਸੇਵਾਦਾਰ ਹਾਂ। ਅੱਜ ਜਿਹੜੀ ਕਮੇਟੀ ਨਵੀਂ ਬਣਾਈ ਗਈ, ਅੱਜ ਸੰਗਤ ਜਿਹੜੀ ਹੈ ਗੁਰੂ ਨਾਨਕਪੁਰਾ ਇਲਾਕੇ ਦੀ, ਇਹ ਸਾਰੀ ਸੰਗਤ ਜਿਹੜੀ ਇਕੱਤਰ ਹੋਈ ਹੈ, ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ, ਇੱਕ ਵਾਰੀ ਫੋਟੋ ਵਿਖਾ ਦਿਓ ਜੀ ਪਿਛਲੇ ਬੰਨੇ, ਤਾਂ ਗੁਰਦੁਆਰੇ ਦੇ ਪ੍ਰਬੰਧ ਨੂੰ ਵੇਖਦੇ ਹੋਇਆਂ ਪਿਛਲੇ ਦਿਨੀ ਕਾਫੀ ਕੋਈ 2 ਮਹੀਨੇ ਤੋਂ ਹੀ ਇਹ ਕਸਮ ਕਸ ਚੱਲ ਰਹੀ ਸੀ, ਤਾਂ ਨਾ ਤਾਂ ਕੋਈ ਗੁਰਦੁਆਰੇ ਸਾਹਿਬ ਦਾ ਕੋਈ ਪ੍ਰਬੰਧ ਆ, ਨਾ ਕੋਈ ਕਲੀਆਂ, ਨਾ ਕੋਈ ਰੋਗਣ, ਨਾ ਕੋਈ ਇੱਥੇ ਪ੍ਰਚਾਰ ਦਾ ਕੰਮ ਕੀਤਾ ਜਾਂਦਾ, ਨਾ ਕੋਈ ਧਰਮ ਪ੍ਰਚਾਰ ਦਾ, ਨਾ ਕੋਈ ਸੰਗਤ ਦੇ ਬੈਠਣ ਨੂੰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ, ਨਾ ਕੋਈ ਅੰਦਰ ਦਰੀਆਂ ਬੈਠਣ ਵਾਸਤੇ ਸੰਗਤ ਦੇ। ਇੱਕ ਹੀ ਬੰਦਾ ਜਿਹੜਾ ਉਹ ਤਕਰੀਬਨ 40 ਸਾਲ ਤੋਂ ਇੱਥੇ ਮਤਲਬ ਆਪਣਾ ਆਪ ਹੀ ਜਮਾ ਕੇ ਅਤੇ ਉਹ ਬੈਠਾ ਸੀਗਾ, ਉਹਨੂੰ ਕਿਸੇ ਨੇ ਪ੍ਰਧਾਨ ਨਹੀਂ ਚੁਣਿਆ, ਕਿਸੇ ਨੇ ਕੋਈ ਕਮੇਟੀ ਨਹੀਂ ਬਣੀ, ਇਹ ਸਾਧ ਸੰਗਤ ਸਾਰੀ ਇਹਦੀ ਗਵਾਹ ਇਸ ਗੱਲ ਦੀ। ਅੱਜ ਇਹ ਸੰਗਤ ਨੇ ਸਾਰੀ ਨੇ ਇਕੱਤਰ ਹੋ ਕੇ ਫੈਸਲਾ ਲਿਆ ਵੀ ਅਸੀਂ ਇੱਥੇ 5 ਮੈਂਬਰੀ ਜਾਂ 7 ਮੈਂਬਰੀ ਕਮੇਟੀ ਚੁਣੀ, ਇਹ ਸੰਗਤ ਦੀ ਇਹ ਮੀਟਿੰਗ ਹੋਈ ਆ। ਇਸ ਮੀਟਿੰਗ ਦੇ ਵਿੱਚ ਸੰਗਤ ਨੇ ਇਹ ਮੈਂਬਰਾਂ ਨੂੰ ਜਿਹੜਾ ਪ੍ਰਬੰਧ ਹੈ ਗੁਰਦੁਆਰੇ ਸਾਹਿਬ ਦਾ ਸਮੁੱਚੀ ਸੰਗਤ ਨੇ ਸੌਂਪ ਦਿੱਤਾ, ਇਹਨੂੰ ਕਮੇਟੀ ਬਣਾ ਦਿੱਤੀ ਗਈ ਹੈ। ਇਹਦੇ 'ਚ ਮੈਂਬਰ ਆ ਸਰਦਾਰ ਇਸ਼ਪਾਲ ਸਿੰਘ, ਸਰਦਾਰ ਜਸਵੀਰ ਸਿੰਘ, ਸਰਦਾਰ ਸੁਖਵਿੰਦਰ ਸਿੰਘ, ਸਰਦਾਰ ਸੁਖਦੇਵ ਸਿੰਘ, ਸਰਦਾਰ ਬਲਵਿੰਦਰ ਸਿੰਘ, ਸਰਦਾਰ ਲਖਵੀਰ ਸਿੰਘ ਅਤੇ ਸਰਦਾਰ ਮੁਖਤਾਰ ਸਿੰਘ। ਇਹ 7 ਮੈਂਬਰ ਅੱਜ ਕਮੇਟੀ ਦੇ ਜਿਹੜੇ ਨੇ ਮੁੱਖ ਚੁਣੇ ਗਏ ਨੇ। ਇਸ ਤੋਂ ਆਉਣ ਵਾਲੀਆਂ ਮੀਟਿੰਗਾਂ ਦੇ ਵਿੱਚ ਇਹਨਾਂ 'ਚੋਂ ਕੋਈ ਨਾ ਕੋਈ ਪ੍ਰਧਾਨ ਵੀ ਅਗਲੀ ਮੀਟਿੰਗ ਦੇ ਵਿੱਚ ਚੋਣ ਹੋ ਜਾਏਗੀ। ਤਾਂ ਮੈਂ ਇਹ ਸੰਗਤ ਨੂੰ ਵੀ ਬੇਨਤੀ ਕਰਦਾ ਅਤੇ ਸਾਰੇ ਕਮੇਟੀ ਦੇ ਜਿਹੜੇ ਮੈਂਬਰ ਚੁਣੇ ਗਏ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਗੁਰੂ ਘਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜੇ। ਅੱਜ ਧੰਨ ਧੰਨ ਬਾਬਾ ਜੀਵਨ ਸਿੰਘ ਜੀ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਗ ਰੱਖਿਅਕ ਰਹੇ ਨੇ, ਸਦਾ ਉਹ ਬਚਪਨ ਤੋਂ ਹੀ ਨਾਲ ਰਹੇ ਅਤੇ ਗੁਰੂ ਸਾਹਿਬ ਦੇ ਨਾਲ ਰਹਿ ਕੇ ਉਹਨਾਂ ਨੇ ਬੜੀਆਂ ਕੁਰਬਾਨੀਆਂ, ਬੜੀਆਂ ਕੌਮ ਦੇ ਮਹਾਨ ਸ਼ਹੀਦਾਂ ਦੇ ਵਿੱਚੋਂ ਉਹਨਾਂ ਦਾ ਨਾਂ ਆ। ਇਸ ਕਰਕੇ ਬਾਬਾ ਜੀਵਨ ਸਿੰਘ ਜੀ ਦੇ ਨਾਂ 'ਤੇ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿੱਥੇ ਇਸ ਦੀਆਂ ਨਾਕਾਮੀਆਂ ਨੂੰ ਵੇਖਦਿਆਂ ਅੱਜ ਕਮੇਟੀ ਦੀ ਚੋਣ ਕੀਤੀ ਗਈ ਆ। ਅਤੇ ਅੱਜ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸੰਗਤ ਨੇ ਵਿਸ਼ੇਸ਼ ਲੰਗਰ ਦੇ ਪ੍ਰਬੰਧ, ਲਾਈਟ ਦੇ ਪ੍ਰਬੰਧ ਅਤੇ ਕੀਰਤਨ ਦੇ ਪ੍ਰਬੰਧ ਵੀ ਕੀਤੇ ਗਏ ਆ। ਹੋਰ ਵੀ ਸੰਗਤਾਂ ਨੂੰ ਸੱਦਾ ਪੱਤਰ ਦਿੱਤਾ ਸੀ, ਜਿਹੜੀਆਂ ਵੀ ਸੰਗਤਾਂ ਪਹੁੰਚੀਆਂ ਨੇ ਅੱਜ ਇਹਨਾਂ ਨੇ ਵਿਸ਼ੇਸ਼ ਸੰਗਤ ਅਤੇ ਬੀਬੀ ਜੁਣੀ ਸਾਰੇ ਆਏ ਨੇ, ਇਹਨਾਂ ਸਾਰਿਆਂ ਨੇ ਮਿਲ ਕੇ ਅੱਜ ਕਮੇਟੀ ਨੂੰ ਥਾਪ ਦਿੱਤਾ ਵਾ। ਇਸ ਤੋਂ ਜਿਹੜਾ ਅਗਲਾ ਪ੍ਰਬੰਧ ਹੈ, ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਸੁਚਾਰੂ ਢੰਗ ਨਾਲ ਗੁਰਦੁਆਰੇ ਸਾਹਿਬ ਦਾ ਪ੍ਰਬੰਧ ਬਹੁਤ ਵਧੀਆ, ਸ਼ਹਿਰ ਦੇ ਵਿੱਚ ਗੁਰਦੁਆਰਾ, ਇੱਥੇ ਹਰ ਹਫ਼ਤੇ ਕੋਈ ਨਾ ਕੋਈ ਦੀਵਾਨ, ਕੋਈ ਧਰਮ ਪ੍ਰਚਾਰ ਦਾ, ਕੋਈ ਬੱਚਿਆਂ ਦੀ, ਕੋਈ ਵਿਧਵਾ ਦੀਆਂ ਸਾਰੀਆਂ ਸਹਾਇਤਾ ਜਿਹੜੀਆਂ ਕੀਤੀਆਂ ਜਾਣ, ਇੱਥੇ ਪ੍ਰਬੰਧ ਚਲਾਇਆ ਜਾਵੇ। ਇਹਨੀਆਂ ਬੇਨਤੀਆਂ ਕਰਦੇ ਖਿਮਾਂ ਦੇ ਚਾਚਾ ਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਦਾਸ ਸੁਖਦੇਵ ਸਿੰਘ ਜੀ, ਅੱਜ ਮੈਂ ਮੁਹੱਲਾ ਨਿਵਾਸੀਆਂ ਦੀ ਜੋ ਸਹਿਮਤੀ ਦੇ ਨਾਲ ਸਾਨੂੰ ਪ੍ਰਧਾਨ ਚੁਣਿਆ ਗਿਆ ਹੈ, ਅਸੀਂ ਉਹ ਸੇਵਾ ਤਨੋ ਮਨੋ ਨਿਭਾਵਾਂਗੇ। ਜੇਕਰ ਇਸ ਵਿੱਚ ਇਹੀ ਕੋਈ 1 ਸਾਲ ਦਾ ਸਾਨੂੰ ਮੌਕਾ ਦਿੱਤਾ ਜਾਵੇ, ਜੇਕਰ ਇਹ 'ਚ ਇਹ ਖਰੇ ਨਹੀਂ ਉਤਰਾਂਗੇ ਤਾਂ ਮੁਹੱਲਾ ਜਦੋਂ ਮਰਜ਼ੀ ਲਾ ਸਕਦੇ ਨੇ। ਅਸੀਂ ਆਪਣੇ ਤਨ ਮਨ ਦੇ ਨਾਲ ਸੇਵਾ ਨਿਭਾਵਾਂਗੇ। ਜੇ ਕੋਈ ਕਮੀ ਰਹੀ ਹੋਵੇ ਤਾਂ ਸਾਨੂੰ ਕੋਈ ਜਦੋਂ ਮਰਜ਼ੀ ਮੁਹੱਲਾ ਨਿਵਾਸੀ ਆ ਕੇ ਪੁੱਛ ਸਕਦਾ ਆ, ਅਤੇ ਪਿਛਲੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਆਪਾਂ ਨਵੇਂ ਸਿਰੋਂ ਤੋਂ ਇਹ ਕਮੇਟੀ ਤਿਆਰ ਕੀਤੀ ਹੈ ਅਤੇ ਸਾਨੂੰ ਸੇਵਾ ਦਿੱਤੀ ਜਾਵੇ। ਕਿੰਨੇ ਮੈਂਬਰ ਨੇ ਭਾਜੀ ਕਮੇਟੀ? 7 ਮੈਂਬਰ ਕਮੇਟੀ ਸਰ ਜੀ, ਸਰ ਸਮਿਤੀ ਨੇ ਬੰਨੀ। ਕੀ ਸੇਵਾਵਾਂ ਨੇ, ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਹੱਲ ਕਰੋਗੇ? ਮੁੱਦੇ ਇਹ ਹੈ ਕਿ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਦਾ ਜਿਹੜਾ ਹੈਗਾ, ਕੋਈ ਡਿਵੈਲਪਮੈਂਟ ਕੋਈ ਨਹੀਂ ਹੈਗੀ, ਨਾ ਕੋਈ ਭਾਂਡੇ ਆ, ਨਾ ਜੇ ਕੋਈ ਇਨਕੇਸ ਕੋਈ ਮਰਗ ਹੋਈ ਜਾਂਦੀ ਆ, ਕੋਈ ਵਿਆਹ ਸ਼ਾਦੀ ਆ, ਇੱਥੇ ਕੋਈ ਭਾਂਡਿਆਂ ਦਾ ਇੰਤਜ਼ਾਮ ਨਹੀਂ, ਕੋਈ ਦਰੀਆਂ ਦਾ ਇੰਤਜ਼ਾਮ ਨਹੀਂ, ਕਿਸੇ ਨੂੰ ਕੋਈ ਸਮਾਨ ਨਹੀਂ ਮਿਲਦਾ। ਜਿਹੜੇ ਮੁਹੱਲੇ ਦੇ ਲੋਕ ਆ ਉਹ ਇਹ ਗੁਰਦੁਆਰਾ ਛੱਡ ਕੇ ਉਹ ਬਾਹਰ ਦੇ ਗੁਰਦੁਆਰੇ ਜਾਂਦੇ ਆ, ਅਤੇ ਜੇ ਇਸ ਗੁਰਦੁਆਰੇ ਵਿੱਚ ਪੂਰਾ ਸਮਾਨ ਹੋਵੇ ਤਾਂ ਇੱਥੇ ਸਾਰਾ ਕੰਮ ਕਰਨ। ਸਾਡੇ ਗੁਰਦੁਆਰੇ 'ਚ ਕੋਈ ਇਹੀ ਸਹਾਇਤਾ ਨਹੀਂ ਹੈਗੀ ਜਿਹੜੀ, ਜੇ ਆਪਾਂ ਕਿਸੇ ਨੂੰ ਪੁੱਛਦੇ ਹਾਂ ਕਿ ਸਮਾਨ ਲੈਣ ਜਾਵੇ ਤਾਂ ਉਹ ਕਹਿੰਦੇ ਕੋਈ ਕਹਿੰਦਾ ਜੀ ਬਾਬਾ ਜੀ ਪੁੱਛੋ, ਬਾਬਾ ਜੀ ਕਹਿੰਦੇ ਪ੍ਰਧਾਨ ਨੂੰ ਪੁੱਛੋ, ਉਹ ਇਸ ਤਰ੍ਹਾਂ ਹੀ ਧੱਕੇ ਖਾ ਖੂ ਕੇ ਅਤੇ ਉੱਤਰ ਜਾਂਦਾ। ਇਸੇ ਤਰ੍ਹਾਂ ਸਾਡਾ ਇੱਕ ਹੋਰ ਉਪਰਾਲਾ ਅਸੀਂ ਕਰਾਂਗੇ, ਜੇਕਰ ਸਾਨੂੰ ਸੇਵਾ ਦਾ ਮੌਕਾ ਮਿਲਦਾ ਹੈ, ਵੀ ਜਿਹੜੀ ਕੋਈ ਸਾਡੇ ਇੱਥੇ ਇਲਾਕੇ ਦੇ ਵਿੱਚ ਸਾਡੇ ਛੋਟੇ ਭੈਣ ਭਰਾਵਾਂ ਦੀ ਕੋਈ ਮਰਗ ਹੋ ਜਾਂਦੀ ਹੈ ਜਾਂ ਕੋਈ ਲੜਕੀ ਦਾ ਵਿਆਹ ਹੋਣਾ ਹੁੰਦਾ, ਇੱਥੇ ਦੇਖੋ ਕੋਈ ਸ਼ੈੱਡ ਨਹੀਂ ਹੈ, ਕੋਈ ਗੱਲ ਨਹੀਂ ਹੈ, ਕੋਈ ਬਾਤ ਨਹੀਂ, ਉਹ ਵੀ ਅਸੀਂ ਪਵਾਉਣ ਦੇ
पूरा पूरा जोर लगावांगे ता कि जिहड़ी संगत साडी बाहर जांदी आ उह अपना कोई छोटा मोटा प्रोग्राम इत्थे कर सके और इत्थों तक कि असीं यात्रुआं दे रात रहण दा भी इंतजाम जरूर ना जरूर करके इत्थे विखावांगे जे सानू सेवा दा मौका मिलदा है। जे सारी संगत सानू सेवा दा मौका देंदी है तां इस नूं असीं जरूर सिरे लावांगे ਉਹ ਵੀ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਇਕੱਲਾ ਬੰਦਾ ਕੋਈ ਨਹੀਂ ਜੇ ਕਰ ਸਕਦਾ ਔਰ ਧਰਮ ਪ੍ਰਚਾਰ ਦਾ ਅਸੀਂ ਉਹ ਕੰਮ ਜਿਹੜਾ ਉਹ ਸ਼ੁਰੂ ਕਰ ਚੁੱਕੇ ਹਾਂ ਕਿਉਂਕਿ ਗਤਕਾ ਵਾਲੇ ਸਾਡੇ ਜਿਹੜੇ ਉਸਤਾਦ ਜੀ ਨੇ ਉਹਨਾਂ ਨੇ ਸੋਮਵਾਰ ਤੋਂ ਸਾਡੇ ਇੱਥੇ ਆ ਜਾਣਾ ਅਤੇ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਕਿ ਗਤਕਾ ਸਿਖਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਅਗਲੀ ਸੰਗਰਾਂਦ ਨੂੰ ਇੱਥੇ ਕਾਪੀਆਂ ਜਿਹੜੀਆਂ ਕਿਤਾਬਾਂ ਜਿਹੜੇ ਸਾਡੇ ਛੋਟੇ ਬੱਚਿਆਂ ਕੋਲ ਨਹੀਂ ਹੈਗੀਆਂ ਉਹਨਾਂ ਨੂੰ ਵੀ ਵੰਡਣ ਦਾ ਇਹ ਇੰਤਜ਼ਾਮ ਕਰ ਲਿਆ ਗਿਆ। ਸ੍ਰੀ ਅਕਾਲ। ਮੇਰਾ ਨਾਮ ਜਸਵੀਰ ਸਿੰਘ ਹੈ। ਮੈਂ ਇਸ ਇਲਾਕੇ ਦੇ ਵਿੱਚ ਜੰਮਿਆ ਪਲਿਆ ਜਵਾਨ ਹੋਇਆ ਅਤੇ ਅੱਜ ਮੈਨੂੰ ਇਹਨਾਂ ਨੇ ਖੜ੍ਹੇ ਕਰ ਦਿੱਤਾ ਵੀ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਨਿਭਾਉਣੀ ਹੈ। ਇਲਾਕਾ ਸਾਡਾ ਗੁਰੂ ਨਾਨਕਪੁਰਾ ਜੀ ਬਾਬਾ ਦੀਪ ਜੀਵਨ ਸਿੰਘ ਜੀ ਦਾ ਇਹ ਗੁਰਦੁਆਰਾ ਸਾਹਿਬ ਹੈ ਜਿਸ ਦਾ ਅਸੀਂ ਬਹੁਤ ਉੱਚਾ ਨਾਮ ਕਰਨ ਨੂੰ ਜਾਣ ਜਾਵਾਂਗੇ।